ਇੱਕ ਚੋਹ ਦੇ ਵਿੱਚ ਅਚਾਨਕ ਹੀ ਹੜ੍ਹ ਆਉਣ ਦੇ ਕਾਰਨ ਇੱਕ ਕਾਰ ਉਸਦੇ ਵਿੱਚ ਫਸ ਗਈ ਹੈ। ਦੱਸ ਦਈਏ ਕਿ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸੀ ਹੋਈ ਹੈ ਅਤੇ ਇਸ ਦੇ ਵਿੱਚ ਕੁੱਲ 5 ਲੋਕ ਸਵਾਰ ਨੇ। ਹਾਲਾਂਕਿ ਜਿਵੇਂ ਹੀ ਇਹ ਕਾਰ ਫਸਦੀ ਹੈ ਤਾਂ ਸਥਾਨਕ ਲੋਕ ਵੀ ਮੌਕੇ ਦੇ ਉੱਤੇ ਪਹੁੰਚਦੇ ਨੇ ਅਤੇ ਕਾਰ ਦੇ ਵਿੱਚ ਜੋ ਸਵਾਰ ਹੁੰਦੇ ਨੇ ਉਹਨਾਂ ਦੀ ਜਾਨ ਨੂੰ ਵਾਲ ਬਚਾਇਆ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇਹ ਉਸੇ ਚੋਹ ਦੀ ਖਬਰ ਹੈ ਜਿੱਥੇ ਕਿ ਠੀਕ ਇੱਕ ਮਹੀਨੇ ਪਹਿਲਾਂ ਇੱਕ ਬਰਾਤੀਆਂ ਦੀ ਕਾਰ ਰੁੜ ਜਾਂਦੀ ਹੈ ਅਤੇ ਉਸ ਦੇ ਵਿੱਚ 10 ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਤਾਂ ਹੁਸ਼ਿਆਰਪੁਰ ਦੇ ਜੈਜੋ ਚੋਹ ਦੇ ਵਿੱਚ ਇੱਕ ਵਾਰ ਫਿਰ ਤੋਂ ਹੜ੍ਹ ਆਇਆ ਅਤੇ ਉਸ ਦੇ ਵਿੱਚ ਹੀ ਇੱਕ ਕਾਰ ਅਚਾਨਕ ਹੀ ਫਸ ਜਾਂਦੀ ਹੈ। ਤਾਂ ਮੌਕੇ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਇਹ 5 ਲੋਕ ਇਸ 'ਚ ਸਵਾਰ ਹੁੰਦੇ ਨੇ ਉਹ ਖੁਦ ਹੀ ਆਪਣੀ ਗੱਡੀ ਨੂੰ ਧੱਕਾ ਮਾਰ ਕੇ ਪਿੱਛੇ ਨੂੰ ਖਿੱਚਦੇ ਨਜ਼ਰ ਆ ਰਹੇ ਨੇ ਅਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਜਦੋਂ ਗੱਡੀ ਪਿੱਛੇ ਨਹੀਂ ਕਰ ਪਾਉਂਦੇ ਤਾਂ ਇੱਕ ਹੋਰ ਗੱਡੀ ਬੁਲਾਈ ਜਾਂਦੀ ਹੈ, ਉਸ ਦੇ ਨਾਲ ਰੱਸਾ ਪਾ ਕੇ ਟੋਚਣ ਦੇ ਨਾਲ ਇਸ ਗੱਡੀ ਨੂੰ ਖਿੱਚਿਆ ਜਾਂਦਾ। ਪਰ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੈਜੋ ਚੋਹ ਜਿੱਥੇ ਕਿ ਇੱਕ ਵਾਰ ਪਹਿਲਾਂ ਵੀ ਇੱਕ ਬਰਾਤੀਆਂ ਦੀ ਕਾਰ ਜੋ ਹੈ ਇਸ ਦੇ ਵਿੱਚ ਰੁੜ ਜਾਂਦੀ ਹੈ ਜਿਸ 'ਚ 10 ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਤਾਂ ਉਸੇ ਚੋਹ ਦੇ ਵਿੱਚ ਇਹ ਕਾਰ ਇੱਕ ਵਾਰ ਫਿਰ ਤੋਂ ਫਸੀ ਹੈ ਜਿਸ ਦੇ ਵਿੱਚ 5 ਲੋਕ ਸਵਾਰ ਹੁੰਦੇ ਨੇ। ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਬਚਾਇਆ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਖਰ ਪਾਣੀ ਦਾ ਵਹਾ ਕਿੰਨਾ ਤੇਜ਼ ਹੈ ਕਿ ਗੱਡੀ ਵੀ ਇਸ ਦੇ ਵਿੱਚ ਰੁੜਦੀ ਹੋਈ ਨਜ਼ਰ ਆ ਰਹੀ ਹੈ। ਪਰ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ, ਪਰ ਮੌਕੇ ਦੇ ਉੱਤੇ ਇੱਕ ਗੱਡੀ ਦੇ ਨਾਲ ਟੋਚਨ ਪਾ ਕੇ ਇਸ ਗੱਡੀ ਨੂੰ ਵੀ ਬਾਹਰ ਕੱਢ ਲਿਆ ਗਿਆ। ਇੱਕ ਚੋਹ ਦੇ ਵਿੱਚ ਅਚਾਨਕ ਹੀ ਹੜ੍ਹ ਆਉਣ ਦੇ ਕਾਰਨ ਇੱਕ ਕਾਰ ਉਸਦੇ ਵਿੱਚ ਫਸ ਗਈ ਹੈ। ਦੱਸ ਦਈਏ ਕਿ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸੀ ਹੋਈ ਹੈ ਅਤੇ ਇਸ ਦੇ ਵਿੱਚ ਕੁੱਲ 5 ਲੋਕ ਸਵਾਰ ਨੇ। ਹਾਲਾਂਕਿ ਜਿਵੇਂ ਹੀ ਇਹ ਕਾਰ ਫਸਦੀ ਹੈ ਤਾਂ ਸਥਾਨਕ ਲੋਕ ਵੀ ਮੌਕੇ ਦੇ ਉੱਤੇ ਪਹੁੰਚਦੇ ਨੇ ਅਤੇ ਕਾਰ ਦੇ ਵਿੱਚ ਜੋ ਸਵਾਰ ਹੁੰਦੇ ਨੇ ਉਹਨਾਂ ਦੀ ਜਾਨ ਨੂੰ ਵਾਲ ਬਚਾਇਆ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇਹ ਉਸੇ ਚੋਹ ਦੀ ਖਬਰ ਹੈ ਜਿੱਥੇ ਕਿ ਠੀਕ ਇੱਕ ਮਹੀਨੇ ਪਹਿਲਾਂ ਇੱਕ ਬਰਾਤੀਆਂ ਦੀ ਕਾਰ ਰੁੜ ਜਾਂਦੀ ਹੈ ਅਤੇ ਉਸ ਦੇ ਵਿੱਚ 10 ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਤਾਂ ਹੁਸ਼ਿਆਰਪੁਰ ਦੇ ਜੈਜੋ ਚੋਹ ਦੇ ਵਿੱਚ ਇੱਕ ਵਾਰ ਫਿਰ ਤੋਂ ਹੜ੍ਹ ਆਇਆ ਅਤੇ ਉਸ ਦੇ ਵਿੱਚ ਹੀ ਇੱਕ ਕਾਰ ਅਚਾਨਕ ਹੀ ਫਸ ਜਾਂਦੀ ਹੈ। ਤਾਂ ਮੌਕੇ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਇਹ 5 ਲੋਕ ਇਸ 'ਚ ਸਵਾਰ ਹੁੰਦੇ ਨੇ ਉਹ ਖੁਦ ਹੀ ਆਪਣੀ ਗੱਡੀ ਨੂੰ ਧੱਕਾ ਮਾਰ ਕੇ ਪਿੱਛੇ ਨੂੰ ਖਿੱਚਦੇ ਨਜ਼ਰ ਆ ਰਹੇ ਨੇ ਅਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਜਦੋਂ ਗੱਡੀ ਪਿੱਛੇ ਨਹੀਂ ਕਰ ਪਾਉਂਦੇ ਤਾਂ ਇੱਕ ਹੋਰ ਗੱਡੀ ਬੁਲਾਈ ਜਾਂਦੀ ਹੈ, ਉਸ ਦੇ ਨਾਲ ਰੱਸਾ ਪਾ ਕੇ ਟੋਚਣ ਦੇ ਨਾਲ ਇਸ ਗੱਡੀ ਨੂੰ ਖਿੱਚਿਆ ਜਾਂਦਾ। ਪਰ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੈਜੋ ਚੋਹ ਜਿੱਥੇ ਕਿ ਇੱਕ ਵਾਰ ਪਹਿਲਾਂ ਵੀ ਇੱਕ ਬਰਾਤੀਆਂ ਦੀ ਕਾਰ ਜੋ ਹੈ ਇਸ ਦੇ ਵਿੱਚ ਰੁੜ ਜਾਂਦੀ ਹੈ ਜਿਸ 'ਚ 10 ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਤਾਂ ਉਸੇ ਚੋਹ ਦੇ ਵਿੱਚ ਇਹ ਕਾਰ ਇੱਕ ਵਾਰ ਫਿਰ ਤੋਂ ਫਸੀ ਹੈ ਜਿਸ ਦੇ ਵਿੱਚ 5 ਲੋਕ ਸਵਾਰ ਹੁੰਦੇ ਨੇ। ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਬਚਾਇਆ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਖਰ ਪਾਣੀ ਦਾ ਵਹਾ ਕਿੰਨਾ ਤੇਜ਼ ਹੈ ਕਿ ਗੱਡੀ ਵੀ ਇਸ ਦੇ ਵਿੱਚ ਰੁੜਦੀ ਹੋਈ ਨਜ਼ਰ ਆ ਰਹੀ ਹੈ। ਪਰ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ, ਪਰ ਮੌਕੇ ਦੇ ਉੱਤੇ ਇੱਕ ਗੱਡੀ ਦੇ ਨਾਲ ਟੋਚਨ ਪਾ ਕੇ ਇਸ ਗੱਡੀ ਨੂੰ ਵੀ ਬਾਹਰ ਕੱਢ ਲਿਆ ਗਿਆ।